कपूरथला आज आजाद जर्नलिस्ट प्रेस क्लब कपूरथला दी महीनावार मीटिंग प्रधान श्री किशोर राजपूत जी दी अगवाई हेठ हुई। इस मीटिंग विच उचेचे तौर ते डायरेक्टर एट डबल गोल्ड मेडल लिसट डॉक्टर एच एस बावा जी, वैद मंडल पंजाब दे प्रधान श्री गुरबचन बांका जी अते चेयरमैन श्री अशोक गोगना जी ने शिरकत की। इस मौके प्रधान श्री किशोर राजपूत जी ने अपने संबोधन विच कहा कि एक पत्रकार दी कलम विच बहुत ही शक्ति हुंदी है। ਇਹ ਕਲਮ ਦੀ ਲਿਖਤ ਹੀ ਉਚਾਈਆਂ ਤੇ ਪਹੁੰਚਾ ਸਕਦੀ ਹੈ ਅਤੇ ਨੀਚੇ ਵੀ ਲਿਆ ਸਕਦੀ ਹੈ। ਇਸ ਦੀ ਤਾਕਤ ਨੂੰ ਸਮਝਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੇ ਪ੍ਰੈਸ ਕਲੱਬ ਦੇ ਕਿਸੇ ਵੀ ਮੈਂਬਰ ਨੂੰ ਗਲਤ ਕੰਮ ਕਰਦਿਆਂ ਦੇਖ ਲਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਡਾਕਟਰ ਐਚ ਐਸ ਬਾਵਾ ਜੀ ਨੇ ਕਿਹਾ ਕਿ ਅਸੀਂ ਹਰ ਵਕਤ ਪੱਤਰਕਾਰਾਂ ਨਾਲ ਚਟਾਨ ਵਾਂਗ ਖੜੇ ਹਾਂ। ਅੱਜ ਦੇ ਦੌਰ ਵਿੱਚ ਪੱਤਰਕਾਰਾਂ ਨੂੰ ਆਪਣਾ ਅਕਸ਼ ਪਹਿਚਾਣਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਪੱਤਰਕਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਆਪਣੇ ਜ਼ਿਲ੍ਹੇ ਦੇ SSP ਅਤੇ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਮ ਤੱਕ ਦਾ ਨਹੀਂ ਪਤਾ ਹੁੰਦਾ ਤੇ ਜੇਬ ਵਿੱਚ ਪੱਤਰਕਾਰੀ ਦਾ ਕਾਰਡ ਪਾਇਆ ਹੁੰਦਾ। ਇਸ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਤੇ ਉਪ ਪ੍ਰਧਾਨ ਸ਼੍ਰੀ ਨਰੇਸ਼ ਕੱਦ, ਇੰਦਰਜੀਤ ਸਿੰਘ ਚਾਹਲ, ਵਿਕਰਾਂਤ ਪ੍ਰਭਾਕਰ, ਅਮਨਜੋਤ ਵਾਲੀਆ, ਚੰਦਨ ਵਰਮਾ, ਤਰੁਣ, ਬਲਜੀਤ ਸਿੰਘ ਕਾਂਜਲੀ, ਹਰਵੰਤ ਸਚਦੇਵਾ, ਹਰਚਰਨ ਬਹਿਲ, ਕਵਲਪ੍ਰੀਤ ਕਾਂਜਲੀ, ਮਦਨ ਅਤੇ ਹੋਰ ਵੱਖ-ਵੱਖ ਨਿਊਜ਼ ਚੈਨਲ ਅਤੇ ਅਖ਼ਬਾਰ ਦੇ ਪੱਤਰਕਾਰਾਂ ਨੇ ਹਿੱਸਾ ਲਿਆ। ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਯੂਨੀਅਨ ਦੀ ਕਪੂਰਥਲਾ ਪ੍ਰੈਸ ਕਲੱਬ ਦੇ ਵਿੱਚ ਹੋਈ, ਜਿਸ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਅਖਬਾਰਾਂ ਦੇ ਉੱਤੇ, ਪ੍ਰਿੰਟ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਉੱਤੇ ਜਿੰਨੀ ਪਾਬੰਦੀਆਂ ਸਰਕਾਰਾਂ ਲਗਾ ਰਹੀਆਂ ਵਾਂ ਜਾਂ ਜਿੰਨੇ ਜ਼ੁਲਮ ਕਰ ਰਹੀਆਂ ਵਾਂ, ਜਿੰਨਾ ਦਬਾਅ ਪਾ ਰਹੀਆਂ, ਇਹ ਬਹੁਤ ਹੀ ਗਲਤ ਨੀਤੀ ਸ਼ੁਰੂ ਹੋ ਚੁੱਕੀ ਹੈ। ਮੈਨੂੰ ਲੱਗਦਾ ਵਾ ਕਿਤੇ ਨਾ ਕਿਤੇ ਸੱਜੇ ਖੱਬੇ ਤੋਂ ਮੈਨੂੰ 1975 ਦੀ ਜਿਹੜੀ ਯਾਦ ਆ ਰਹੀ ਹੈ। ਪਹਿਲੇ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕੁਛ ਅਖਬਾਰਾਂ ਦੇ ਉੱਤੇ ਦਬਾਅ ਬਹੁਤ ਪਾਇਆ ਕਿ ਸਾਡੇ ਤਰੀਕੇ ਨਾਲ ਚੱਲਣ, ਸੋ ਅਸੀਂ ਉਹਦੀ ਵੀ ਬਹੁਤ ਸਖਤ ਸ਼ਬਦਾਂ ਨਾਲ ਨਿੰਦਾ ਕੀਤੀ ਆ ਕਿ ਇਹ ਜਿਹੜਾ ਦਬਾਅ ਹੈ, ਇਹ ਜਿਹੜਾ ਪੱਤਰਕਾਰਤਾ ਵਾ, ਜਿਹੜਾ ਪ੍ਰੈਸ ਹੈ, ਇਹ ਨਿਆਂਪਾਲਿਕਾ ਦਾ ਚੌਥਾ ਸਤੰਭ ਹੈ। ਇਹਦੇ ਉੱਤੇ ਜੇ ਕੋਈ ਅਟੈਕ ਕਰੂਗਾ, ਜੇ ਕੋਈ ਗਲਤ ਸ਼ਬਦਾਵਲੀ ਕਰੂਗਾ ਜਾਂ ਦਬਾਅ ਪਾਊਗਾ, ਅਸੀਂ ਉਹ ਕਿਸੇ ਕੀਮਤ 'ਤੇ ਸਹਿਣ ਨਹੀਂ ਕਰਾਂਗੇ। ਅਤੇ ਹੁਣ ਤਾਜ਼ਾ ਸਾਡੇ ਕੋਲ ਜਿਹੜੀ ਖਬਰ ਪਹੁੰਚੀ ਹੈ ਉਹ ਹੈ ਕਿ ਕੈਨੇਡਾ ਤੋਂ ਜਿਹੜਾ ਚੈਨਲ NRI ਚੈਨਲ ਬਹੁਤ ਹੀ ਵੱਡੇ ਦਾਇਰੇ 'ਤੇ ਚੱਲਦਾ ਵਾ, ਦੇਸ਼ ਵਿਦੇਸ਼ ਦੀਆਂ ਖਬਰਾਂ ਹਰ ਪਲ ਪਲ ਦੀ ਖਬਰ ਚਾਹੁੰਦੀ ਆ, ਬਹੁਤ ਅਹਿਮ ਜਾਣਕਾਰੀ ਜਿਹੜਾ ਚੈਨਲ ਉਹ ਦਿੰਦਾ ਵਾ। ਅਤੇ ਮੈਨੂੰ ਪਤਾ ਲੱਗਾ ਵਾ ਕਿ ਭਾਰਤ ਸਰਕਾਰ ਨੇ ਇਹ ਚੈਨਲ 'ਤੇ ਪਾਬੰਦੀ ਲਾਈ ਹੈ, ਸੋ ਮੈਂ ਇਸ ਦੀ ਮੈਂ ਔਰ ਮੇਰੇ ਪੱਤਰਕਾਰ ਸਾਥੀ, ਮੇਰੀ ਸਾਰੀ ਯੂਨੀਅਨ ਇਹ ਚੈਨਲ 'ਤੇ ਜਿਹੜੀ NRI 'ਤੇ ਪਾਬੰਦੀ ਲਾਈ ਹੈ ਉਹਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਾ ਕਰਦੇ ਹਾਂ। ਅਤੇ ਮੈਨੂੰ ਇੱਦਾਂ ਲੱਗਦਾ ਵਾ ਇਹ ਕਿਤੇ ਨਾ ਕਿਤੇ ਇਹ ਐਮਰਜੈਂਸੀ ਦੇ ਜਿਹੜੇ ਦੌਰ ਹੈ ਉਹਨੂੰ ਯਾਦ ਜਿਹੜੀ ਇਹ ਪਾਬੰਦੀ ਹੈ ਯਾਦ ਕਰਾ ਰਹੀ ਹੈ। ਮੈਨੂੰ ਯਾਦ ਹੈ 1975 ਦੇ ਵਿੱਚ ਜਦੋਂ ਤਤਕਾਲੀਨ ਸਰਕਾਰ ਨੇ ਪੰਜਾਬ ਦੇ ਵਿੱਚ ਜਾਂ ਬਾਹਰਲੇ ਇੰਡੀਆ 'ਚ ਛੱਪਣ ਵਾਲੀਆਂ ਅਖਬਾਰਾਂ ਦੇ ਵਿੱਚ ਪਾਬੰਦੀ ਲਾ ਦਿੱਤੀ ਸੀ, ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ, ਪਾਣੀ ਦੇ ਕਨੈਕਸ਼ਨ ਕੱਟਤੇ, ਬੜਾ ਦਬਾਅ ਪੱਤਰ, ਪਰ ਅਖਬਾਰਾਂ ਬੰਦ ਨਹੀਂ ਹੋਈਆਂ, ਅਖਬਾਰਾਂ ਚੱਲਦੀਆਂ ਰਹੀਆਂ। ਹਾਲਾਂਕਿ ਉਸ ਵੇਲੇ ਇਲੈਕਟ੍ਰੋਨਿਕ ਦਾ ਇੰਨਾ ਪ੍ਰਚਾਰ ਨਹੀਂ ਸੀਗਾ, ਸਿਰਫ ਪ੍ਰਿੰਟ ਮੀਡੀਆ ਦਾ ਸੀਗਾ। ਅਤੇ ਮੈਨੂੰ ਇੱਥੇ ਤੱਕ ਯਾਦ ਹੈ ਕਿ ਬੱਤੀ ਬੰਦ ਹੋਣ 'ਤੇ ਅਖਬਾਰ ਦਿਆਂ ਮਾਲਕਾਂ ਨੇ, ਪ੍ਰਬੰਧਕਾਂ ਨੇ ਟਰੈਕਟਰ ਦੇ ਸਹਾਇਤਾ ਨਾਲ ਪੁਲੀਆਂ ਲਾ ਕੇ ਅਤੇ ਅਖਬਾਰ ਛਾਪੀ, ਅਖਬਾਰ ਲੋਕਾਂ ਦੇ ਘਰ ਸਵੇਰੇ ਪਹੁੰਚੀ ਆ। ਸੋ ਮੈਂ ਆਹ ਜਿਹੜਾ NRI ਚੈਨਲ 'ਤੇ ਪਾਬੰਦੀ ਲਾਈ ਹੈ, ਪੰਜਾਬ ਦੇ ਵਿੱਚ ਵੀ ਕੁਛ ਅਖਬਾਰਾਂ ਦੇ ਉੱਤੇ ਪੰਜਾਬ ਸਰਕਾਰ ਦਾ, ਮੈਂ ਇਹਦੀ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ ਵਾਂ। ਮੈਂ ਇੱਥੇ ਜਰਨਲਿਸਟ ਪ੍ਰੈਸ ਕਲੱਬ ਦੇ ਜਿਹੜਾ ਆਜ਼ਾਦ ਜਰਨਲਿਸਟ ਪ੍ਰੈਸ ਯੂਨੀਅਨ ਦਾ ਪ੍ਰਧਾਨ ਹੈ, ਮੇਰੇ ਨਾਲ ਮੇਰੀ ਟੀਮ ਖੜ੍ਹੀ ਹੈ, ਅੱਜ ਇਸ ਮੁੱਦੇ 'ਤੇ ਬੜੀ ਚਰਚਾ ਹੋਈ ਹੈ ਔਰ ਅਸੀਂ ਸਾਰਿਆਂ ਨੇ ਇੱਕ ਮੱਤ ਹੋ ਕੇ ਇਹ ਜਿਹੜੀ ਪਾਬੰਦੀ ਲਾਈ ਹੈ ਕੁਛ ਅਖਬਾਰਾਂ 'ਤੇ ਔਰ NRI ਚੈਨਲ 'ਤੇ, ਇਹਦੀ ਮੈਂ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ ਵਾਂ। ਜੈ ਹਿੰਦ, ਜੈ ਭਾਰਤ, ਸਤਿ ਸ਼੍ਰੀ ਅਕਾਲ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।